ਕਿਸ ਤਰ੍ਹਾਂ ਦਾ ਰਵੱਈਆ ਕਰੀਏ। ਨਾ ਤਾਂ ਬਹੁਤਾ ਲਾਡ ਪਿਆਰ ਚਾਹੀਦਾ, ਨਾ ਤਾਂ ਪੇਸ਼ੈਂਟ ਦੀਆਂ ਸਾਰੀਆਂ ਗੱਲਾਂ ਮੰਨੀਆਂ ਹੁੰਦੀਆਂ, ਨਾ ਉਹਦੇ ਨਾਲ ਕੋਈ ਪਿਆਰ ਪਾਉਣਾ ਹੁੰਦਾ। ਨਾ ਦੇਖੋ ਹੁੰਦਾ ਕੀ ਹੈ, ਮੈਂ ਦੇਖਦਾ ਕਿ ਪੇਸ਼ੈਂਟ ਦੀ ਬਿਮਾਰੀ, ਪੇਸ਼ੈਂਟ ਦੀ ਅਡਿਕਸ਼ਨ ਜਿੰਨਾ ਖਿਲਾਰਾ ਪਾਉਂਦੀ ਹੈ, ਜਿੰਨੀਆਂ ਤਕਲੀਫਾਂ ਉਹਨੂੰ ਉੱਥੇ ਆਉਂਦੀਆਂ, ਫੈਮਿਲੀ ਉਹ ਸਾਰੀਆਂ ਤਕਲੀਫਾਂ ਦਾ ਜੁੰਮਾ ਆਪਣੇ 'ਤੇ ਲਈ ਜਾਂਦੀ ਹੈ। ਚਾਹੁੰਦੀ ਹੈ ਫੈਮਿਲੀ ਕਿ ਉਹਨ ਪੇਸ਼ੈਂਟ ਨੂੰ ਸੌਖਾ ਕੀਤਾ ਜਾਏ। ਉਹਨੂੰ ਹੁੰਦਾ ਕੀ ਹੈ ਕਿ ਪੇਸ਼ੈਂਟ ਆਪਣੀ ਅਡਿਕਸ਼ਨ 'ਚ ਲਾਈ ਜਾਂਦਾ ਅਤੇ ਜਿੰਨਾ ਖਲੇਰਾ ਪੈਂਦਾ ਉਹ ਫੈਮਿਲੀ ਸਾਂਭਦੀ ਜਾਂਦੀ ਹੈ। ਹੁਣ ਫੈਮਿਲੀ ਨੂੰ ਇਹ ਲੱਗਦਾ ਕਿ ਜੇ ਅਸੀਂ ਬਹੁਤ ਚੰਗਾ ਰਵੱਈਆ ਰੱਖਾਂਗੇ, ਬਹੁਤ ਪਿਆਰ ਕਰਾਂਗੇ, ਇਹਨੂੰ ਸਾਰੀਆਂ ਚੀਜ਼ਾਂ 'ਚ ਖੁੱਲ੍ਹ ਦਿਆਂਗੇ ਅਤੇ ਇੱਕ ਦਿਨ ਇਹ ਨਸ਼ਾ ਛੱਡ ਦੇਗਾ। ਪਰ ਉਹਦੇ ਵੱਸ 'ਚ ਨਹੀਂ ਹੁੰਦਾ। ਫਿਰ ਜਦੋਂ ਇਸ ਤਰ੍ਹਾਂ ਪਿਆਰ, ਲਾਡ ਪਿਆਰ ਉਹਦੀਆਂ ਸਾਰੀਆਂ ਗੱਲਾਂ ਮੰਨਣ ਲੱਗ ਪੈਂਦੀ ਹੈ, ਪੇਸ਼ੈਂਟ ਅੱਗੇ ਤੋਂ ਵੀ ਵੱਧ ਨਸ਼ਾ ਕਰਨ ਲੱਗ ਪੈਂਦਾ, ਫੈਮਿਲੀ ਆਪਣਾ ਗੁੱਸਾ ਅੰਦਰ ਅੰਦਰ ਪੀਂਦੀ ਰਹਿੰਦੀ ਹੈ, ਆਪਣਾ ਗਮ ਅੰਦਰ ਪੀਂਦੀ ਰਹਿੰਦੀ ਹੈ, ਫਿਰ ਉਹ ਜਾਂ ਆਪ ਡਿਪਰੈਸ਼ਨ 'ਚ ਚਲੇ ਜਾਂਦੇ ਹੈ ਜਾਂ ਫਿਰ ਇੱਕ ਦਿਨ ਫਟ ਪੈਂਦੇ ਹੈ। ਉਹ ਇੰਨਾ ਫਟ ਪੈਂਦੇ ਹੈ ਕਿ ਬਈ ਪੇਸ਼ੈਂਟ ਦਾ ਨੁਕਸਾਨ ਕਰਨ ਤੱਕ ਆ ਜਾਂਦੇ ਆ। ਹੁਣ ਜਦੋਂ ਆਪਾਂ ਗੁੱਸੇ 'ਚ ਆ ਗਏ ਅਤੇ ਉਸ 'ਤੇ ਪੇਸ਼ੈਂਟ ਵਾਸਤੇ ਗੁੱਸਾ ਇੱਕ ਬਹੁਤ ਹੀ ਜ਼ਬਰਦਸਤ ਕੈਟਾਲਿਸਟ ਐਕਟ ਕਰਦਾ। ਉਹਨੂੰ ਲੱਗਦਾ ਕਿ ਜੇ ਹੁਣ ਗੁੱਸਾ ਚੜਿਆ ਹੋਇਆ ਤਾਂ ਹੁਣ ਉਹਦਾ ਨਸ਼ਾ ਕਰਨਾ ਬਣਦਾ। ਹੁਣ ਇਹ ਫੈਮਿਲੀਆਂ ਨੂੰ ਕੀ ਸਿੱਖਣਾ ਪਏਗਾ ਕਿ ਆਪਣੇ ਗਮ, ਆਪਣੇ ਗੁੱਸੇ, ਆਪਣੇ ਜਿਹੜੇ ਤਾਪ ਚੜਿਆ ਰਹਿਣਾ, ਆਪਣੇ ਪੇਸ਼ੈਂਟ ਦੇ ਨਾਲ ਬਹੁਤ ਓਵਰ ਪਿਆਰ ਕਰੀ ਜਾਣਾ, ਉਹਦੀਆਂ ਸਾਰੀਆਂ ਗੱਲਾਂ ਮੰਨੀ ਜਾਣੀਆਂ, ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਸਕਿੱਲ ਲੱਭਣੀ ਜਿਹਦੇ ਨਾਲ ਅਸੀਂ ਇੱਕ ਠੀਕ ਤਰੀਕੇ ਨਾਲ ਪੇਸ਼ੈਂਟ ਦੇ ਨਾਲ ਆਪਣਾ ਸਫ਼ਰ ਤੈਅ ਕਰ ਸਕੀਏ। ਇੱਕ ਪੇਸ਼ੈਂਟ ਨੇ ਇਕੱਲੇ ਇਹ ਸਫ਼ਰ ਨਹੀਂ ਤੈਅ ਕਰਨਾ ਅਤੇ ਸਾਨੂੰ ਰੋਜ਼ ਦੀ ਟ੍ਰੇਨਿੰਗ ਚਾਹੀਦੀ ਹੈ ਪੇਸ਼ੈਂਟ ਦੇ ਨਾਲ ਇਹ ਸਫ਼ਰ ਤੈਅ ਕਰਨ ਵਾਸਤੇ, ਕਿਉਂਕਿ ਪੇਸ਼ੈਂਟ ਦੇ ਵਿੱਚ ਇੱਕ ਪ੍ਰਾਇਮਰੀ ਜੈਨੇਟਿਕ ਡਿਜ਼ੀਜ਼ ਹੈਗੀ ਹੈ, ਉਹਦਾ ਦਿਮਾਗ ਡਿਫਰੈਂਟ ਤਰੀਕੇ ਨਾਲ ਚੱਲਦਾ, ਉਹ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਇੱਕ ਡਿਫਰੈਂਟ ਨਜ਼ਰੀਏ ਨਾਲ ਦੇਖਦਾ। ਪਰ ਪੇਸ਼ੈਂਟ ਦੀ ਫੈਮਿਲੀ ਜੇ ਉਸ ਨਜ਼ਰੀਏ ਨੂੰ ਸਮਝਣਾ ਸ਼ੁਰੂ ਕਰਦੇ ਅਤੇ ਥੋੜ੍ਹੀ ਸਮਾਰਟਨੈਸ ਦਿਖਾਏ ਅਤੇ ਆਪਾਂ ਪੇਸ਼ੈਂਟ ਦੀਆਂ ਉਹ ਆਉਣ ਵਾਲੀਆਂ ਪ੍ਰੋਬਲਮਸ ਨੂੰ ਪਹਿਲਾਂ ਹੀ ਹੱਲ ਕਰ ਸਕਦੇ। ਇਹਦੇ 'ਚ ਬਹੁਤ ਜ਼ਿਆਦਾ ਅਗਰੈਸ਼ਨ, ਬਹੁਤ ਕੋਈ ਇਸ ਤਰ੍ਹਾਂ ਦੀ ਕੋਈ ਮਾਰੋ ਮਾਰ ਕਰਨ ਦੀ ਲੋੜ ਨਹੀਂ ਹੁੰਦੀ। ਜਸਟ ਤੁਹਾਡਾ ਪ੍ਰੈਜੈਂਟ ਹੋਣਾ ਜ਼ਰੂਰੀ ਹੁੰਦਾ ਅਤੇ ਪੇਸ਼ੈਂਟ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਉਹਦੇ ਬਾਰੇ ਕੰਸਰਨਡ ਹੋ। ਐਂਡ ਪੇਸ਼ੈਂਟ ਨੂੰ ਹਮੇਸ਼ਾ ਇੱਕ ਫੀਲਿੰਗ ਆਉਣੀ ਚਾਹੀਦੀ ਹੈ ਕਿ ਤੁਸੀਂ ਉਹਦੇ ਨਾਲ ਕਨੈਕਟਡ ਹੋ। ਕਈ ਮਾੜੇ ਚੰਗੇ ਟਾਈਮ ਆਉਂਦੇ ਹੈ, ਉਹਦੇ ਵਿੱਚ ਉਹਨੂੰ ਤੁਹਾਡਾ ਸਾਥ ਚਾਹੀਦਾ ਹੁੰਦਾ। ਜੇ ਤੁਸੀਂ ਸਾਥ ਨਹੀਂ ਹੋਵੋਗੇ ਤਾਂ ਤੁਹਾਨੂੰ ਹੀ ਪ੍ਰੋਬਲਮ ਹੋਏਗੀ। ਫਿਰ ਕਈ ਇਹੋ ਜਿਹੇ ਟਾਈਮ ਆਉਂਦੇ ਜਿਹੜੇ ਔਖੇ ਟਾਈਮ ਹੁੰਦੇ ਹੈ, ਜਿਹਦੇ ਵਿੱਚ ਤੁਸੀਂ ਪੇਸ਼ੈਂਟ ਦੇ ਨਾਲ ਰੈਪੋ ਬਣਾ ਕੇ ਰੱਖਣੀ ਹੁੰਦੀ ਹੈ। ਤੁਹਾਨੂੰ ਪਤਾ ਹੁੰਦਾ ਕਿ ਜਦੋਂ ਇਹ ਕੁਝ ਇਹੋ ਜਿਹਾ ਗਲਤ ਕੰਮ ਕਰਨ ਲੱਗੇਗਾ ਜਾਂ ਕਿਸੇ ਨਸ਼ੇ 'ਚ ਜਾਣ ਲੱਗੇਗਾ, ਫਿਰ ਆਪਾਂ ਇਹਨੂੰ ਕੱਢ ਸਕਦੇ ਹਾਂ। ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਕਿ ਜੇ ਤੁਸੀਂ ਇਸ ਗੱਲ 'ਤੇ ਬੈਠੇ ਹੋ ਨਾ ਕਿ ਰਿਲੈਪਸ ਕਦੀ ਨਾ ਹੋਏ, ਇਹਦਾ ਮਤਲਬ ਤੁਸੀਂ ਠੀਕ ਤਰੀਕੇ ਨਾਲ ਟ੍ਰੀਟ ਹੀ ਨਹੀਂ ਕਰਦੇ ਪਏ। ਪੇਸ਼ੈਂਟ ਦੇ ਵਿੱਚ ਰਿਲੈਪਸਿਸ ਬੜੇ ਕਾਮਨ ਹੈ, ਇਹ ਬਿਮਾਰੀ ਦੇ ਵਿੱਚ ਰਿਲੈਪਸ ਹਰ ਵੇਲੇ ਹੁੰਦਾ। ਹਾਂ, ਜੇ ਹੁਣ ਰਿਲੈਪਸ ਮਹੀਨੇ ਬਾਅਦ ਹੁੰਦਾ ਪਿਆ ਤਾਂ ਮਤਲਬ ਤੁਸੀਂ ਅੱਗੇ ਹੋ, ਫਿਰ ਹੁਣ 3 ਮਹੀਨੇ ਬਾਅਦ ਹੋਣਾ ਸ਼ੁਰੂ ਹੋ ਗਿਆ ਤਾਂ ਮਤਲਬ ਤੁਸੀਂ ਅੱਗੇ ਤੋਂ ਅੱਗੇ ਹੋ, ਇਹਦਾ ਮਤਲਬ ਹੁਣ 6 ਮਹੀਨੇ ਬਾਅਦ ਹੋ ਗਿਆ, ਹੁਣ ਸਾਲ ਬਾਅਦ ਹੋ ਗਿਆ। ਤੁਹਾਨੂੰ ਇਹ ਇੰਜੋਏ ਕਰਨਾ ਚਾਹੀਦਾ ਕਿ ਸਾਲ ਬਾਅਦ ਰਿਲੈਪਸ ਹੋਣ ਲੱਗ ਪਿਆ। ਤੁਸੀਂ ਇਹ ਛੱਡ ਦਿਓ ਕਿ ਬਈ ਰਿਲੈਪਸ ਹੋ ਗਿਆ ਅਤੇ ਇਹਦਾ ਮਤਲਬ ਹੈ ਸਾਰਾ ਕੰਮ ਪਿੱਛੇ ਪੈ ਗਿਆ। ਨਹੀਂ, ਤੁਹਾਡੀ ਜਿਹੜੀ ਕਮਾਈ ਹੈ ਉਹ ਜਮ੍ਹਾਂ ਹੈਗੀ ਹੈ। ਹਾਂ, ਹੁਣ ਤੁਸੀਂ ਅੱਗੋਂ ਚੱਲਣਾ ਸ਼ੁਰੂ ਕੀਤਾ, ਤੁਹਾਨੂੰ ਉੱਥੋਂ ਅੱਗੋਂ ਸਮਝ ਆਉਣੀ ਸ਼ੁਰੂ ਹੋ ਜਾਏਗੀ, ਤੁਹਾਡੀ ਲਾਈਫ ਬੈਟਰ ਹੋਣੀ ਸ਼ੁਰੂ ਹੋ ਜਾਏਗੀ। ਸੋ ਹਰ ਚੀਜ਼ ਜਿਹੜੀ ਇਸ ਬਿਮਾਰੀ ਦੇ ਵਿੱਚ ਹੁੰਦੀ ਹੈ ਉਹਨੂੰ ਆਪਾਂ ਪੋਜ਼ਿਟਿਵ ਤਰੀਕੇ ਨਾਲ, ਪੋਜ਼ਿਟਿਵ ਆਊਟਕਮ ਦੇ ਵਿੱਚ ਕਿਵੇਂ ਪਾਉਣਾ, ਇਹ ਇੱਕ ਆਰਟ ਹੈ, ਇਹ ਇੱਕ ਸਕਿੱਲ ਹੈ। ਹੁਣ ਸਕਿੱਲ ਉਦੋਂ ਹੀ ਆਉਂਦੀ ਹੈ ਜਦੋਂ ਆਪਾਂ ਸਿੱਖਦੇ ਹਾਂ।